ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਅੱਜ ਦੇਰ ਸ਼ਾਮ ਫਗਵਾੜਾ ਬਾਈਪਾਸ ਤੇ ਵਿਆਹ ਸਮਾਗਮ ਤੋਂ ਵਾਪਸ ਘਰ ਪਰਤ ਰਹੇ ਪਰਿਵਾਰ ਨਾਲ ਭਿਆਨਕ ਸੜਕ ਹਾਦਸਾ ਹੋਇਆ, ਜਿਸ ਦੌਰਾਨ ਇੱਕ ਪਰਿਵਾਰਕ ਮੈਂਬਰ ਮਹਿਲਾ ਦੀ ਮੌਤ ਹੋ ਗਈ ਅਤੇ ਹੋਰ 3 ਮੈਂਬਰ ਗੰਭੀਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਹਰਚਰਨ ਸਿੰਘ ਆਪਣੇ ਪਰਿਵਾਰ ਸਮੇਤ ਜਲੰਧਰ ਤੋਂ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਵਾਪਸ ਚੰਡੀਗੜ੍ਹ ਵਿਖੇ ਆਪਣੇ ਘਰ ਜਾ ਰਿਹਾ ਸੀ ਤੇ ਪਵਨ ਕੁਮਾਰ ਕਾਰ ਚਲਾ ਰਿਹਾ ਸੀ। ਪਵਨ ਨੇ ਦੱਸਿਆ ਕਿ ਜਦੋਂ ਉਹ ਭੁੱਲਾ ਰਾਈ ਬਾਈਪਾਸ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਟਰਾਲੀ ਨਾਲ ਉਹਨਾਂ ਦੀ ਟੱਕਰ ਹੋ ਗਈ, ਜਿਸ ਨਾਲ ਹਾਦਸਾ ਇੰਨਾ ਜ਼ਬਰਦਸਤ ਹੋਇਆ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ। ਸੜਕ ਹਾਦਸੇ ਦੌਰਾਨ ਕਾਰ ਵਿੱਚ ਸਵਾਰ ਦਵਿੰਦਰ ਕੌਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਹਰਚਰਨ ਸਿੰਘ ਅਤੇ ਪਰਮਿੰਦਰ ਸਿੰਘ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਅਤੇ ਨਾਲ ਹੀ ਇਸ ਹਾਦਸੇ ਵਿੱਚ ਟਰਾਲੀ ਚਾਲਕ ਮਹਿੰਦਰ ਪੁੱਤਰ ਰਾਮ ਕੁਮਾਰ ਨਿਵਾਸੀ ਝੇੜੂ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਦਾ ਸਿਵਲ ਹਸਪਤਾਲ ਫਗਵਾੜਾ ਵਿਖੇ ਇਲਾਜ ਚੱਲ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਣ ਤੇ ਫਗਵਾੜਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰ ਸਤਕਰਨ ਸਿੰਘ ਨੇ ਕਿਹਾ ਕਿ ਮਹਿਲਾ ਦੀ ਮੌਤ ਹੋ ਚੁੱਕੀ ਤੇ ਬਾਕੀ ਮੈਂਬਰਾਂ ਦਾ ਇਲਾਜ ਚੱਲ ਰਿਹਾ ਹੈ। ਡਾਕਟਰ ਸਤਕਰਨ ਸਿੰਘ ਸਿਵਲ ਹਸਪਤਾਲ ਫਗਵਾੜੇ ਤੋਂ, ਅੱਜ ਸਾਡੇ ਕੋਲ 6:15 ਵਜੇ 4 ਮਰੀਜ਼ ਆਏ ਹੈ ਐਕਸੀਡੈਂਟ ਤੇ। ਉਹਨਾਂ ਨਾਮ ਹੈ ਹਰਚਰਨ ਸਿੰਘ, ਪਰਮਿੰਦਰ ਸਿੰਘ, ਦਵਿੰਦਰ ਕੌਰ ਤੇ ਮਹਿੰਦਰ। ਇਹਨਾਂ ਵਿੱਚੋਂ ਦਵਿੰਦਰ ਕੌਰ ਦੀ ਬਰੋਡ ਡੈਡ ਸੀਗੇ ਤੇ ਬਾਕੀ 3 ਮਰੀਜ਼ ਜਿਹੜੇ ਇਲਾਜ ਨੇ, ਪੁਲਿਸ ਨੂੰ ਇਹਦੀ ਇਤਲਾਹ ਦੇ ਚੁੱਕੇ। ਇਹ ਹੋਇਆ ਕਿੱਥੇ ਸਰ ਐਕਸੀਡੈਂਟ? ਇਹਦੀ ਮੈਨੂੰ ਐਗਜੈਕਟ ਨੌਲੇਜ ਨਹੀਂ, ਬਟ ਇਹ ਬਾਈਪਾਸ ਦੇ ਕੋਲ ਦੱਸ। ਕਾਹਦਾ ਕਾਹਦਾ ਹੋਇਆ ਸਰ? ਹਾਂਜੀ, ਕਿਸ ਕਿਸ ਚੀਜ਼ ਦਾ ਹੋਇਆ? ਮਿਲੀ ਇਨਫੋਰਮੇਸ਼ਨ ਤੋਂ ਕਾਰ ਤੇ ਟਰੈਕਟਰ ਦਾ ਹੋਇਆ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ।